ਹੁਣ ਮੈਂ ਕੱਪੜੇ ਸਟਿਚ ਕਰਨੇ ਆ ਈਦੀ ਨੇ ਤੇ ਇਹ ਦੋ ਸੂਟ ਕੱਢਣ ਮੈਂ ਲਾਸਾਂ ਸੰਗੀ ਗਏ ਤਾਂ ਕਿ ਉਸ ਨੂੰ ਵੀਡੀਓ ਵਿੱਚ ਮੈਂ ਲਾਏ ਆਉਂਦੇ ਪਾਕਿਸਤਾਨ ਨੂੰ ਜਿਹੜੇ ਭੇਜੇ ਨੇ ਮੈਂ ਉਹ ਲਾਸਾਂ ਮਾਸ਼ਾਅੱਲਾ ਇਸ ਨਾਲ ਦੁਪੱਟਾ ਬੜਾ ਸੋਹਣਾ ਵੇ ਕਲਰ ਬੜਾ ਸੋਹਣਾ ਵੈ ਔਰ ਮੈਂ ਹੈ ਮੈਂ ਹੁਣ ਇਸਤਰੀ ਕਰੀ ਕਿ ਨਾ ਇਹਦੇ ਇੱਕ ਦਿਆਲਾ ਜਿਹੜਾ ਭੈਣ ਹੋਣਾ ਵੈ ਉਹ ਬੜਾ ਬਿਜ਼ੀ ਹੋਣਾ ਵੈ ਉਹ ਦਿਆਲ ਸਾਡੀ ਇਸਤਰੀਆਂ ਵਿੱਚ ਗੁਜ਼ਰਨੀ ਹੈ ਔਰ ਇਹ ਇੱਕ ਗ੍ਰੀਨ ਕਲਰ ਹੈ ਇਹ ਸੂਟ ਤੱਕੇ ਕਿਤਨਾ ਪਿਆਰਾ ਔਰ ਇਸ ਕੀ ਕਿੰਗਰੀ ਬੜੀ ਸੋਹਣੀ ਲਾਈ ਇਹਨੇ ਮਾਸ਼ਾਅੱਲਾ ਇਹ ਬਟਨ ਤੱਕੋ ਨਾਲ ਬਿਲਕੁਲ ਮੈਚ ਹੋਏ ਪਤਾ ਹੀ ਕੋਈ ਲਾਉਣਾ ਇਹ ਬਟਨ ਨਾ ਜਾਂ ਵੈਸੇ ਇਹ ਫੁੱਲ ਹੈ ਕੋਈ ਪਤਾ ਹੀ ਕੋਈ ਨਹੀਂ ਲੱਗਣਾ ਲੱਗਿਆ ਇਤਨਾ ਸੋਹਣਾ ਇਤਨੇ ਸੋਹਣੇ ਲੱਗਣੇ ਖੂਬਸੂਰਤ ਲੱਗਣੇ ਕਸਮੇ ਵੀ ਬਹੁਤ ਪਿਆਰ ਹੈ ਇਹਨਾਂ ਕੱਪੜਿਆਂ ਨਾਲ ਹੋਏ 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 ਔਰ ਇਹਨਾਂ ਅਸੀਂ ਇਹਨਾਂ ਨਾਲ ਦੁਪੱਟਾ ਆਇਆ ਦੁਪੱਟੇ ਨਾਲ ਬੜਾ ਸੋਹਣਾ ਫਿਰ ਡਿਜ਼ਾਇਨ ਨਹੀਂ ਸਿਆਣਾ ਇਹ ਤੱਕੋ ਔਰ ਮੁੜੀ ਤੇ ਪੈਂਚਿਆਂ ਪਰ ਵੀ ਡਿਜ਼ਾਇਨ ਬਾਏ ਪਾਕਿਸਤਾਨ ਇਤਨੇ ਇਤਨੇ ਸੋਹਣੇ ਡਿਜ਼ਾਇਨ ਬਣੇ ਇੱਥੇ ਵੀ ਬਾਈ ਬਣੇ ਬੰਦੇ ਮਗਰ ਪਾਕਿਸਤਾਨ ਜਿਹੜਾ ਡਿਜ਼ਾਇਨ ਬਹੁਤ ਸੋਹਣਾ ਬਣੇ ਨੇ ਔਰ ਮੈਂ ਦੱਸਾਂ ਕਿ ਨਜ਼ਦੀਕ ਤੁਸੀਂ ਦੱਸਾਂ ਕਿ ਗਰੀਬ ਤੱਕੋ ਕਿਸੇ ਲਾਈ ਹੈ ਨਹੀਂ ਤੱਕ ਇਹ ਬਹੁਤ ਪਿਆਰੇ ਡਿਜ਼ਾਇਨ ਬਣਾਉਣੇ ਹਨ ਇੱਕ ਸੂਟ ਦੂਆ ਵਾ ਜਿਹੜਾ ਮੈਂ ਦੱਸਿਆ ਦੱਸਾਂ ਕਿ ਇੱਕ ਇਹ ਸੂਟ ਦੋ ਸੂਟ ਨਾ ਜਿਹੜੇ ਮੈਂ ਇਸਤਰੀ ਕਰਾਂਗੀ ਆਪਣੇ ਔਰ ਸਭਾ ਵਾਸਤੇ ਮੈਂ ਇਸਤਰੀ ਕੀਤੇ ਹਨ ਜੇ ਇਸ ਲਾਇਤ ਹੈ ਜੇ ਸਹ ਮੈਂ ਨਾ ਲਾਉਣੀ ਤਾਂ ਮੈਂ ਕਿਆ ਕਰ ਸਾਂ ਫਿਰ ਥੋੜ੍ਹਾ ਰੋਲਾ ਛੋਲਾ ਬਾਹਣਾ ਪਿਆ ਸੀ ਇਸ ਕੀ ਕਿ ਲਾਭ ਦੂਏ ਇੱਕੀਸ ਨਹੀਂ ਇਹ ਗੱਲ ਹੈ ਕਿ ਦੂਏ ਨਹੀਂ ਬੱਚੇ ਨੇ ਰੀਸ ਕਰੀ ਕਿੰਨੀ ਹੈ ਕਿ ਫਲਾਣੇ ਲਾਏ ਤਾਂ ਮੈਂ ਲਾਸਾਂ ਤਾਂ ਮੈਂ ਉਹਨੂੰ ਕਿਹਾ ਕਿ ਜ਼ਾਹਿਰ ਬੱਚੇ ਤਾਂ ਇਹਦੀ ਕੋਈ ਇਸ ਮੈਂ ਉਹਨਾਂ ਨੇ ਰੀਸ ਪਵਾ ਆਸਾਂ ਲਾਏ ਕਿਤਨਾ ਸੋਹਣਾ ਤੱਕੋ ਮੈਂ ਆਪਣੀ ਪਸੰਦ ਨਹੀਂ ਆਉਂਦੇ ਸਰ ਇੱਕ ਸਾਈਜ਼ ਛੋਟਾ ਆਉਂਦਾ ਸਰ ਮਗਰ ਮੈਂ ਲਾਈ ਲੱਗੀ ਜਾ ਸੀ ਸਰ ਤਾਂ ਲਾਈ ਕਿ ਅਗਰ ਇਹਨਾਂ ਤੂੰ ਅਲਖਤ ਕੀਤੀ ਸਰ ਬਿਲਕੁਲ ਪਲੈਨ ਹੈ ਸੀ ਕੋਈ ਮੋਤੀ ਛੋਤੀ ਨਹੀਂ ਹੈ ਮੋਤੀਆਂ ਵਾਲਾ ਦੂਸਰਾ ਵੈ ਔਰ ਸਭਾ ਨਾਲ ਇਹ ਇੱਕ ਹੋਰ ਫਰਾਕ ਹੈ ਇੱਕ ਇਹ ਮੋਤੀਆਂ ਵਾਲਾ ਵੈ ਮੈਂ ਇਤਨੀ ਸ਼ੌਂਕ ਹੈ ਮਾੜੀ ਸਭਾ ਲੈ ਮੋਤੀਆਂ ਨੇ ਲੈ ਡਿਜ਼ਾਇਨਿੰਗ ਲੈ ਕੱਪੜੇ ਤਾਂ ਮੈਂ ਗਿਣਤਾ ਦਿਆਂ ਮਗਰ ਬਹੁਤ ਮੁਸ਼ਕਲ ਹੀ ਹੈ ਮੈਂ ਸ਼ੌਂਕ ਤਾਂ ਬਹੁਤ ਹੈ ਇਸ ਨੇ ਨਾਲ ਇੱਕ ਪਰਸ ਵੀ ਐਸ ਤਾਂ ਇਹ ਨਾਲ ਟਰੋਜ਼ਰ ਐਸ ਇਹ ਫਰਾਕ ਐਸ ਅਤੇ ਜਿਹੜਾ ਇਹ ਪਰਸ ਹੈ ਨਾ ਇਹ ਵੈਸੇ ਮੈਂ ਨਾਲ ਆਉਂਦਾ ਸੀ ਕਿ ਲੱਗਾ ਕਲਰਫੁੱਲ ਤਾਂ ਮੈਂ ਹੈ ਮੈਂ ਸਭਾ ਵਾਸਤੇ ਇਹ ਕਿਣੀ ਛੱਡ ਗਿਣੀ ਜਲਾਓ ਇਹ ਅਗਰ ਇਹ ਮੋਤੀਆਂ ਵਾਲੇ ਵੀ ਨਾ ਲਾਏ ਤਾਂ ਇੱਕ ਹੋਰ ਵੀ ਹੈ ਇਸ ਆਪਸ਼ਨ ਇੱਕ ਸਭਾ ਨਾਲ ਇਹ ਸੂਟ ਹੈ ਇਹ ਇਹ ਕੂਲਾ ਜੈਸੇ ਲੈ ਲੈਣਾ ਕਿਆ ਪਤਾ ਇਹ ਲਾਉਣੀ ਹੈ ਜਾਂ ਨਹੀਂ ਇਹ ਵੀ ਕੋਸ਼ਿਸ਼ ਕਰ ਸਾਂ ਸੀ ਤੱਕੋ ਨਾਲ ਮੈਂ ਕਿੰਗਰੀ ਸ਼ਿੰਗਰੀ ਲਵਾਈ ਹੈ ਤਾਂ ਇਹ ਨਾਲ ਟਰੋਜ਼ਰ ਹੈ ਸਰ ਤਾਂ ਦੋਵਾਂ ਸਾਂ ਮਹੁਤੀ ਉਹ ਦੋਵਾਂ ਨਾਲ ਕਹਿ ਜਿਹਾ ਵੈ ਤਾਂ ਮੈਂ ਉਹ ਇਹਦੀ ਬਣਾਉਣ ਉਹ ਲਾਉਣਗੀ ਉਹ ਫਿਰ ਕੁਦਰੇ ਮੈਂ ਲਾਸਾਂ ਤਾਂ ਇਹ ਸਭਾ ਨਾਲ ਇਹ ਵੀ ਹੈ ਵੈ ਇਹ ਵੀ ਆਖ ਸਾਂ ਇਹਨਾਂ ਤਰ੍ਹਾਂ 'ਚ ਜੜਾ ਵੀ ਲਾਈ ਕਹਿੰਦਾ ਸਰ ਜੀ ਹੁਣ ਸਾਡੇ ਘਰ ਮਹਿਮਾਨ ਆਏ ਆ ਉਹਨਾਂ ਦਾ ਸਰ ਮੈਂ ਖਾਣਾ ਗਰਮ ਕਰਨ ਲੱਗੀ ਹਾਂ ਜੀ
ਠੰਡੀਆਂ ਹੋਈਆਂ ਹੁਣ ਚੀਜ਼ਾਂ ਦੁਬਾਰਾ ਮੁੜੀ ਗਈ ਉਹਨਾਂ ਕੀ ਗਰਮ ਕਰਨ ਵਾਸਤੇ ਪਤਾ ਇਸ ਕਿ ਥੋੜ੍ਹਾ ਟਾਈਮ ਲੱਗਣਾ ਹੈ ਅਤੇ ਮੈਕਰੋ 'ਚ ਕਿਹੜੀ ਰਕਸਾਂ ਕਿਹੜੀ ਕਿਹੜੀ ਹੋਣ ਅਤੇ ਗਰਮ ਹੋਸਾਂ ਅਤੇ ਫਿਰ ਮਹਿਮਾਨ ਆ ਕੇ ਸਾਂ ਬਾਹਰ ਤਾਂ ਸ਼ਾਮ ਪੈ ਗਈ ਸਾਡਾ ਆਪਣਾ ਟਾਈਮ ਹੈ ਰਾਤ ਨੂੰ ਆਉਣਾ ਚਲੋ ਮਿੱਠੇ ਚਾਵਲ ਹੀ ਗਏ ਬਾਹਰ ਰੱਖਾਂ ਇਹ ਮਹਿਮਾਨ ਆਏ ਸਾਡੇ ਖਾਨ ਸਾਹਿਬ ਨੂੰ ਹੈ ਖਾਨ ਸਾਹਿਬ ਖਾਨ ਸਾਹਿਬ ਇਹ ਕਿਆ ਖਾਈ ਰਹੇ ਹੋ ਜੀ ਇਹ ਕਿਆ ਮਿੱਠੇ ਚਾਵਲ ਮਿੱਠੇ ਚਾਵਲ ਹੈ ਹੈ ਜਿੰਨਾ ਬਤੋਰਾ ਸੁਣਾ ਹੀ ਬਸ ਆ ਮਿੱਠੇ ਸੁਣੇ ਮਿਕਸ ਕਰੀ ਦੇ ਤਾ ਇਹ ਤਾਂ ਕੀ ਕਰਾਂ ਬੜੇ ਮਜ਼ੇ ਨੇ ਹੋਣੇ ਨੇ ਸੁਣਾ ਕਿਆ ਖਾਈ ਰਹੇ ਹੋ ਜੀ ਅਸਾਂ ਮਿਕਸ ਕੀਤੇ ਆ ਮਿਕਸ ਕੀਤੇ ਨੇ ਸੋ ਦੇ ਚਟਨੀ ਮਿਕਸ ਕੀਤੀ ਹੈ ਵਿੱਚ ਚਟਨੀ ਸਾਲਨ ਵੀ ਉੱਪਰ ਮਿੱਠੇ ਤੇ ਸੁਣੇ ਜਾਵੋ ਟਵਿੰਸ ਨੇ ਜਿਹੜੇ ਇੱਧਰ ਬੈਠੇ ਨੇ ਤੇ ਇੱਧਰ ਜੁੜਵਾ ਅਸੀਂ ਵੀ ਚਾਵਲ ਤੇ ਮਿਕਸ ਖਾਂਦੇ ਆ ਗੁੱਡ 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 ਜੋਕ ਹੋਰੀਆ 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 ਹਾਂਜੀ ਅੱਜ ਅਸਣਾ ਈਦ ਦਾ ਦੂਸਰਾ ਦਿਨ ਹੈ ਔਰ ਅਸਾਂ ਕੀ ਅਸਾਂ ਇੱਕ ਕਿਸੇ ਦਾਵਤ ਬਣਾਈ ਹੈ ਉਹਦੇ ਜੁਲੀ ਅਸਾਂ ਦਾਵਤ ਖਾਣੇ ਵਾਸਤੇ ਕਸਮੇ ਬੜੀ ਇੰਜੋਏ ਕੀਤੀ ਹੈ ਈਦ ਬਹੁਤ ਸੋਹਣੀ ਗੁਜ਼ਰੀ ਹੈ ਬਹੁਤ ਸੋਹਣੀ ਇਸ ਵਜ੍ਹਾ ਤੋਂ ਗੁਜ਼ਰੀ ਹੈ ਕਿ ਸਾਰੇ ਬੰਦੇ ਕਰੋਨਾ ਕੋਲ ਸੀ ਹੋਏ ਇਸ ਸਾਲ ਜ਼ਿਆਦਾ ਸਹੀ ਕਲੀਅਰ ਸੀ ਕੋਈ ਇੱਕ ਦੂਏ ਘਰ ਜਾਣੇ ਅਛਣੇ ਨੀ ਦਿੱਕਤ ਕੋਈ ਨਹੀਂ ਸੀ ਇੱਕ ਤਾਂ ਗੱਡੀ ਜੰਮ ਮਾਰਨੀ ਹੈ ਜੰਪਾਂ ਵਾਲੀ ਜਗ੍ਹਾ ਵੈ ਤਾਂ ਬਹੁਤ ਅੱਛੀ ਗੁਜ਼ਰੀ ਹੈ ਈਦ ਤਾਂ ਹੁਣ ਦਾਵਤ ਖਾਣ ਜੁਲੇ ਹਾਂ ਤਾਂ ਫਿਰ ਅੱਗੇ ਸੁਣਗੇ ਦੱਸਾਂ ਕਿ ਅਗਲੇ ਸਾਡੇ ਵਾਸਤੇ ਕਿਆ ਕਿਆ ਪਕਾਇਆ ਜਾਵੇ ਰੋਜ਼ਿਆਂ ਮਹੀਨੇ ਵਿੱਚ ਪਕੌੜੇ ਸਮੋਸੇ ਚੀਜ਼ਾਂ ਇਹ ਬਣਾਈ ਬਣਾਈ ਤਾਂ ਆਪੋ ਬੰਦਾ ਪਕੌੜਾ ਹੋਏ ਆਉਣ ਇਸ ਵੇਲੇ ਮੈਂ ਆਣੀ ਹਾਂ ਤਿਆਰ ਸ਼ਿਆਰ ਹੋਈ ਤਾਂ ਸਾਰੀਆਂ ਮਾਣੀਆਂ ਪੈਣਾ ਸੋਹਣੀਆਂ ਬਣੀ ਤਾਂ ਇੰਜੋਏ ਕਰੋ ਜਾਓ ਇੱਕ ਦੂਜੇ ਨੇ ਘਰ ਜਾਓ ਖਲੋ ਤਾਂ ਖਾਓ ਪੀਓ ਤਾਂ ਮੌਜ ਮਸਤੀ ਕਰੋ ਬਸ ਮਾੜੀ ਇਹ ਜਿਹੜੀ ਛਾਪ ਹੈ ਨਾ ਇਹ ਪਾਕਿਸਤਾਨ ਨੂੰ ਗਿਫਟ ਆਈ ਸੀ ਇਹ ਸੋਨੇ ਨਹੀਂ ਹੈ ਇਹ ਮਿਕੀ ਮਾੜੇ ਨਿੱਕੇ ਮਿਕੀ ਮਾੜੀ ਬਰਥਡੇ ਪਰ ਮਿਕੀ ਗਿਫਟ ਦਿੱਤੀ ਸੀ ਸੋਨੇ ਨੀ ਛਾਪ ਤਾਂ ਇਹ ਪਿਤਲਾ ਨਹੀਂ ਹੈ ਨਾ ਇਹ ਸੋਨੇ ਨਹੀਂ ਹੈ ਇਹ ਪਿਤਲਾ ਨਹੀਂ ਹੈ ਤਾਂ ਇਹ ਸੋਨੇ ਨਹੀਂ ਹੈ ਤਾਂ ਇਹ ਪਾਕਿਸਤਾਨ ਨੂੰ ਆਈ ਸੀ ਤਾਂ ਹਾਲੀ ਮਹਿੰਦੀ ਲਾਈ ਹੈ ਮੈਂ ਤਾਂ ਨੇਪਾਲ ਸ਼ਕੂਲ ਲਾਈ ਤਾਂ ਇਹ ਸੀ ਇਹਦੀ ਫਿਰ ਮੈਂ ਮਹਿੰਦੀ ਲਾਈ ਵੀ ਕੋਈ ਨਹੀਂ ਹੈ ਤਾਂ ਕੋਈ ਮਹਿੰਦੀ ਦਾ ਬੰਦਾ ਵੀ ਨਹੀਂ ਲੱਭਾ ਮਿਕੀ ਸਹੀ ਬਾਤ ਹੈ ਤਾਂ ਇਸ ਹੱਥ 'ਚ ਇਹ ਵੀ ਇੱਕ ਬਰਥਡੇ ਪਰ ਦਿੱਤੀ ਸੀ ਸੋਨੇ ਨੂੰ ਛਾਪ ਤਾਂ ਇੱਕ ਮਾੜੀ ਮਦਰ ਡੇ ਪਰ ਦਿੱਤੀ ਸੀ ਸਮਿਕੀ ਮੈਂ ਕੋਲ ਦੋ ਛਾਪਾਂ ਅਤੇ ਇਹ ਘੜੇ ਜਿਹੜੇ ਲਾਈਵ ਸਨ ਇਹ ਖੜੀ ਦਰਬਾਰ ਪਰ ਕਹਿੰਦੇ ਸਨ ਮੈਂ ਤਾਂ ਹੈ ਕੋਈ ਤਿਆਰ ਸ਼ਿਆਰ ਹੋਈਆਂ ਕੋਈ ਜਨਾਨੀਆਂ ਜੁੜੀਆਂ ਈਦ ਮਨਾਉਣੀਆਂ ਲੱਗੀਆਂ ਹਾਂਜੀ ਅਸਾਂ ਪੁੱਜੀਆਂ ਹਾਂ ਹੁਣ ਮੋਰਿਸਨ ਜਾਸਾਂ ਅੰਦਰ ਤਾਂ ਹੁਣ ਅਸਾਂ ਦੁੱਧ ਕਿਣਸਾਂ ਠੀਕ ਹੈ ਅੱਛਾ ਜਲੰਧਰ ਸਾਂ ਕਿ ਮੋਰਿਸਨ ਫਿਰ ਹੀ ਆਉਣਾ ਬੈਗ ਪਾਈ ਕੇ ਲੈ ਚ ਚੀਲਾ ਹੀ ਖਲਤਾ ਹੋਏ ਐਸਾ ਗੱਲ ਮੈਂ ਚੀਲਾ ਪੀੜੀ ਪਾੜੀ ਤਾਂ ਕੀਤੇ ਆ ਟੁਕੜੀ ਸਹੀ ਹੋਣੇ ਨਾ ਕਰੀ ਉਹ ਰੇ ਲੋਗੋ
ਰੇੜੀ ਚ ਬਾਣੇ ਵਾਸਤੇ ਪੌਂਡ ਕੋਈ ਚੇਂਜ ਉਹਨਾਂ ਚੇਂਜ ਕਿੰਨੇ ਆ ਆਓ ਮਾ ਉਹ ਰੇੜੀ ਆ ਤੇ ਬਾਲ ਕਿਸਾ ਚਾਰ ਮੁੰਡਿਆ ਲਾਇਆ ਬੜੀ ਨਿੱਕੀ ਇਹ ਨਿੱਕੀ ਨਿੱਕੀ ਆ ਗਿਆ ਤੁਹਾਡਾ ਕਿਹੜਾ ਸੌਦਾ ਦੂਰ ਤੱਕ ਆਏ ਕਿਆ ਸਾ ਫਲਾਵਰ ਨੇ ਕਹਿੰਦਾ ਫੋਟੋ ਛਕਾਈ ਕਿ ਨਾਲ ਬੜਾ ਸੋਹਣਾ ਫੋਟੋ ਛਾਇਆ।